ਤਾਂ ਸਾਡੇ ਨਾਲ ਇਸ ਵੇਲੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਰੰਧਾਵਾ ਸਾਹਿਬ ਮਨਪ੍ਰੀਤ ਬਾਦਲ ਕਾਂਗਰਸ ਨੂੰ ਬਾਏ ਬਾਏ ਕਹਿ ਕੇ ਅੱਜ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਮੈਂ ਮਨਪ੍ਰੀਤ ਬਾਦਲ ਬਾਰੇ ਇੱਕ ਕਹਾਂਗਾ ਕਿ ਪਹਿਲਾਂ ਅਕਾਲੀ ਦਲ ਦਾ ਭੋਗ ਪਾ ਕੇ ਆਇਆ ਉਹਦੇ ਬਾਅਦ ਕਾਂਗਰਸ ਦਾ ਭੋਗ ਪਾਇਆ ਉਹਦੇ ਬਾਅਦ ਇਹਨੇ ਐਸਪੀਪੀ ਪਾਰਟੀ ਬਣਾਈ ਉਹਦਾ ਭੋਗ ਪਾਇਆ ਸੀਪੀ ਪਾਰਟੀ ਤੋਂ ਬਾਅਦ ਕਾਂਗਰਸ ਦਾ ਭੋਗ ਪਾਇਆ ਹੁਣ ਇਹ ਬੀਜੇਪੀ ਜਾਏਗਾ ਅੰਤਮ ਅਰਦਾਸ ਬੀਜੇਪੀ ਦੀ ਕਰਦੀ ਉੱਥੇ ਜਾਏਗੀ ਇਸ ਤਰ੍ਹਾਂ ਤੁਹਾਨੂੰ ਕਿਉਂ ਲੱਗ ਰਿਹਾ ਕਿ ਮੰਤਰੀ ਬਾਦਲ ਤਾਂ ਕਹਿੰਦੇ ਕਿ ਮੈਂ ਬਹੁਤ ਪਾਲਿਸੀਆਂ ਤੇ ਕੰਮ ਕਰਦਾ ਰਿਹਾ ਉਹ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਹਿੱਤ ਦੇ ਵਿੱਚ ਕੰਮ ਕਰਨਾ ਚਾਹੁੰਦਾ ਵਾਂ ਤੇ ਸਾਰੇ ਇੰਪਲਾਈ ਤੇ ਸਾਰੇ ਪੰਜਾਬ ਦੇ ਤੇ ਇਹਦੇ ਕਰਕੇ ਸਾਡਾ ਜਰੂਰ ਕੱਢਿਆ ਜਿਹੜੇ ਪੰਜਾਬ ਦੇ ਹਿੱਤ ਦੇ ਕੰਮ ਕੀਤਾ ਕਿਹੜੇ ਕਿਹੜੇ ਨੇ ਪੰਜਾਬ ਦੇ ਮੈਂ ਇਹਦੇ ਕੈਬਨਿਟ 'ਚ ਮੈਂ ਕਹਿੰਦਾ ਰਿਹਾ ਕਿ ਜਨਾਬ ਇਹਦੇ ਕੋਲੋਂ ਕੈਬਨਿਟ ਇਹਦੇ ਕੋਲ ਫਰਾਂਸ ਲੈ ਲਓ ਮਰਵਾ ਦੇਗਾ ਸਾਨੂੰ ਸਾਰਿਆਂ ਨੂੰ ਜਦੋਂ ਬਾਦਲਾਂ ਦਾ ਫਰਾਂਸ ਦੇ ਵਿੱਚ ਇਹਨੇ ਬੇੜਾ ਗਰ ਕੀਤਾ ਫਿਰ ਪੰਜਾਬ 'ਚ ਜਦੋਂ ਕਹਿੰਦੀ ਸਾਡੀ ਆਈ ਜਿਹਦੇ ਨੇ ਫਰਾਂਸ ਮਿਨਿਸਟਰ ਬਣਨਾ ਸੀ ਉਸ ਦਿਨ ਤੇ ਕਾਂਗਰਸ ਬਹੁਤ ਚੰਗੀ ਤੇ ਮੈਂ ਜਿਹੜੀ ਤੁਹਾਨੂੰ ਪਹਿਲੀ ਗੱਲ ਕਹੀ ਆ ਮੇਰਾ ਉਹੀ ਜਨਕ ਸਵੇਰਾ ਵਾਲੇ ਜਵਾਬ ਦੇ ਦੋ ਕਿ ਬਾਦਲਾਂ ਦਾ ਇਹਨੇ ਨਾਸ ਕੁੱਟਿਆ ਉਹਦੇ ਬਾਅਦ ਪੀਪੀ ਬਣਾਈ ਉਹ ਖਤਮ ਹੋਈ ਉਹਦੇ ਬਾਅਦ ਕਾਂਗਰਸ ਆਇਆ ਸਾਡਾ ਭੋਗ ਪਾ ਤੇ ਸਾਡਾ ਕਿੱਦਾਂ ਭੋਗ ਪਾਇਆ ਤੇ ਹੁਣ ਅੰਤਮ ਅਰਦਾਸ ਬੀਜੇਪੀ ਦੀ ਇਹੀ ਕਰੇਗਾ ਪੰਜਾਬ 'ਚ ਰੰਧਾਵਾ ਸਾਹਿਬ ਮਨਪ੍ਰੀਤ ਬਾਦਲ ਨੇ ਬੀਜੇਪੀ ਦੇ ਮੰਚ ਤੇ ਬੈਠ ਕੇ ਇਹ ਕਿਹਾ ਕਿ ਕਾਂਗਰਸ ਦੇ ਅੰਦਰ ਧੜੇਬਾਜ਼ੀ ਬਹੁਤ ਆ ਤਾਂ ਮੈਂ ਨਿਕਲ ਆਇਆ ਉੱਥੋਂ ਦੀ ਬਾਹਰ ਇਹ ਕਿਸੇ ਵੀ ਮੇਰੇ ਖਿਆਲ ਹੈ ਕਿ ਧੜੇਬਾਜ਼ੀ ਮੈਂ ਨਹੀਂ ਸਮਝਦਾ ਕੀ ਹੈ ਪਰ ਇਹ ਜ਼ਰੂਰ ਕਹੂੰਗਾ ਕਿ ਇਹਨੇ ਜੋ ਬਠਿੰਡੇ ਦੇ ਵਿੱਚ ਕਾਂਗਰਸ ਦਾ ਨੁਕਸਾਨ ਕੀਤਾ ਐਜ਼ ਏ ਫਾਈਨਾਂਸ ਮਿਨਿਸਟਰ ਜਾਂ ਐਜ਼ ਏ ਉੱਥੇ ਇਹਨੇ ਉੱਥੇ ਜਿਹੜੀ ਬਠਿੰਡਾ ਸੀਟ ਅਸੀਂ ਪੰਜਾਬ 'ਚ ਕਹਿੰਦੇ ਸਿਫਰ ਸਾਡੀ ਕਾਂਗਰਸ ਦੀ ਸੀ ਜਿਹੜਾ ਬੰਦਾ ਫਾਈਨਾਂਸ ਮਿਨਿਸਟਰ ਹੁੰਦਿਆਂ ਤੋਂ ਹੀ ਕਦੇ ਸਾਡੇ ਕੋਲ ਗੱਲਾਂ ਕਰਨ ਦੀ ਬਜਾਏ ਉੱਥੋਂ ਇਹਦਾ ਰਿਕਾਰਡ ਆਰ ਟੀ ਏ 'ਚ ਹੋਊਗਾ ਜਿਸ ਬੰਦੇ ਨੇ ਪੈਸਾ ਇੰਨਾ ਲਾਇਆ ਹੋਵੇ ਤੇ 63,000 ਤੇ ਹਾਰ ਕੇ ਇਹਦੇ ਤੋਂ ਵੱਡੀ ਸ਼ਰਮ ਤੱਕ ਇਹਦੇ ਲਈ ਕਿਹੜੀ ਗੱਲ ਆ ਆਖਰੀ ਸਵਾਲ ਰੰਧਾਵਾ ਸਾਹਿਬ ਜਿੱਥੇ ਤੱਕ ਯਾਦ ਆ ਜਿਹੜੇ ਸੋਡੇ ਸੂਤਰ ਕਹਿੰਦੇ ਨੇ ਕਿ ਜਦੋਂ ਤੁਸੀਂ ਮੁੱਖ ਮੰਤਰੀ ਦਾ ਨਾਮ ਤੁਹਾਡੇ ਸਭ ਤੋਂ ਅੱਗੇ ਚੱਲ ਰਿਹਾ ਸੀ ਤੇ ਮਨਪ੍ਰੀਤ ਬਾਦਲ ਲਈ ਰਾਹੁਲ ਗਾਂਧੀ ਨੂੰ ਫੋਨ ਕਰਕੇ ਕਿਹਾ ਸੀ ਕਿ ਕਿਸੇ ਦਲਿਤ ਚਿਹਰੇ ਨੂੰ ਅੱਗੇ ਲੈ ਕੇ ਆਓ ਉਹੀ ਹਾਈਕਮਾਂਡ ਦੱਸੇ ਕਿ ਮੈਂ ਨਾਮ ਮੈਂ ਇਹਦੇ ਕਦੀ ਇਹਦੇ ਕਹਿਣ ਤੇ ਬਣਨਾ ਤੇ ਨਾਮ ਮੈਂ ਇਹਦੇ ਕਹਿਣ ਤੋਂ ਉੱਪਰਨਾ ਸੀ ਠੀਕ ਹੈ ਔਰ ਇਹੋ ਜਿਹੇ ਬੰਦੇ ਅਪਰਚੁਨਿਸਟ ਜਿਹੜੇ ਬੰਦੇ ਨੇ ਜਿਹੜੇ ਸਿਰਫ ਤੇ ਸਿਰਫ ਆਈਡੀਓਲੋਜੀ ਦੇ ਨਾਲ ਨਹੀਂ ਜੁੜੇ ਇਹ ਆਪਣੇ ਨਾਲ ਤੇ ਆਪਣੇ ਪਰਿਵਾਰ ਨਾਲ ਜੁੜੇ ਨੇ ਹੋਰ ਕਿਸੇ ਦੀ ਇਹ ਨਾ ਪੰਜਾਬ ਦੇ ਅਟੈਸ਼ ਨੇ ਇਹ ਸਿਰਫ ਵਧੀਆ ਸ਼ਾਇਰੋ ਸ਼ਾਇਰੀ ਕਰ ਸਕਦੇ ਨੇ ਤੇ ਵਧੀਆ ਇਹ ਲੋਕਾਂ ਨੂੰ ਨਸ਼ੇਦਾਰ ਭਾਸ਼ਣ ਦੇ ਕੇ ਇਹਦੇ ਹੁਣ ਭਾਸ਼ਣ ਵੀ ਖਤਮ ਇਹਦੀ ਸ਼ਾਇਰੋ ਸ਼ਾਇਰੀ ਵੀ ਖਤਮ ਔਰ ਇਹਦਾ ਸਭ ਕੁਝ ਖਤਮ ਇਹਦਾ ਜਿਹੜਾ ਪੋਲੀਟੀਕਲੀ ਇਹ ਬਿਲਕੁਲ ਖਤਮ ਹੋ ਗਿਆ ਬਿਲਕੁਲ ਰੰਧਾਵਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਇਹ ਸਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਜਿਨ੍ਹਾਂ ਦਾ ਮਨਪ੍ਰੀਤ ਬਾਦਲ 'ਤੇ ਵੱਡਾ ਸ਼ਬਦੀ ਹਮਲਾ ਹੈ ਕਹਿੰਦੇ ਨੇ ਕਿ ਇਹਨਾਂ ਨੇ ਕਾਂਗਰਸ ਦਾ ਵੀ ਭੋਗ ਪਾਇਆ ਸ਼੍ਰੋਮਣੀ ਅਕਾਲੀ ਦਲ ਦਾ ਵੀ ਭੋਗ ਪਾਇਆ ਆਪਣੀ ਪਾਰਟੀ ਦਾ ਵੀ ਭੋਗ ਪਾਇਆ ਤਾਂ ਹੁਣ ਅੰਤਿਮ ਅਰਦਾਸ ਬੀਜੇਪੀ ਦੀ ਹੈ ਇਸੇ ਖਬਰ ਦੇ ਨਾਲ ਹਰ ਵੱਡੀ ਜਾਣਕਾਰੀ ਤੁਹਾਡੇ ਤੱਕ ਲਗਾਤਾਰ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ